ਆਉ ਲੈ ਚਾਚਾ ਚੌਰਾ ਆ ਰਿਹਾ ਇਹਦੀਆਂ ਸੁਣਦੇ ਆ ਕੀ ਕਹਿੰਦਾ ਕੀ ਗੱਲ ਚਾਚਾ ਸਿਲੰਡਰ ਭਰਾਉਣ ਚੱਲੇ ਓਏ ਕਾਹਨੂੰ ਮੇਰੇ ਸਾਲੇ ਨੂੰ ਵੇਚਣ ਚੱਲਿਆ ਇਹਨੂੰ ਵੇਚ ਕੇ ਸਾਲ ਭਰ ਦੀਆਂ ਲੱਕੜਾਂ ਆਉਣਗੀਆਂ ਉਹ ਮੇਰੇ ਸਾਲੇ ਦੀ ਸਰਕਾਰ ਨੇ ਨਾ ਬਰਬਾਦੀ ਕਰਤੀ ਮੁਲਕ ਦੀ ਬਾਹਰਲੇ ਮੁਲਕ ਦਿਨੋ ਦਿਨ ਤਰੱਕੀ ਕਰ ਰਹੇ ਨੇ ਇੱਕ ਸਾਡਾ ਮੁਲਕ ਹੈ ਜਿਹੜਾ ਪਿੱਛੇ ਨੂੰ ਜਾ ਰਿਹਾ ਉਹ ਦੇਖ ਭਤੀਜ ਤੇਲ ਇੰਨਾ ਮਹਿੰਗਾ ਹੋ ਗਿਆ ਹਰ ਬੰਦਾ ਸਕੂਟਰ ਵੇਚ ਕੇ ਸਾਈਕਲ ਤੇ ਆ ਗਿਆ ਓਏ ਆਹ ਸਿਲੰਡਰ ਦੇਖ ਲੈ ਕਿੰਨਾ ਮਹਿੰਗਾ ਹੋ ਗਿਆ ਅੱਜ 266 ਰੁਪਏ ਵੱਧ ਗਿਆ ਆਮ ਬੰਦੇ ਦੀ ਪਹੁੰਚ ਤੋਂ ਹਰ ਚੀਜ਼ ਦੂਰ ਹੋ ਗਈ ਹੈ ਉਹ ਕੈਸੀ ਸਰਕਾਰ ਹੈ ਯਾਰ ਹੈ ਓਏ ਅੱਗੇ ਨੂੰ ਤਾਂ ਕੀ ਲੈ ਕੇ ਜਾਣਾ ਤੇ ਮੇਰੇ ਸਾਲੇ ਦੇ ਪਿੱਛੇ ਨੂੰ ਲੈ ਕੇ ਜਾ ਰਹੇ ਨੇ ਓ ਚਾਚਾ ਹਜੇ ਵੀ ਵਿਕਾਸ ਦੀ ਰੱਟ ਲਾਈ ਜਾਂਦੇ ਨੇ ਇਹ ਓ ਭਤੀਜ ਇਹਨਾਂ ਨੇ ਬਰਬਾਦੀ ਦਾ ਨਾਂ ਵਿਕਾਸ ਰੱਖਿਆ ਓ ਚਾਚਾ ਤਾਂ ਹੀ ਤਾਂ ਦੇਸ਼ ਬਰਬਾਦ ਹੋ ਰਿਹਾ ਹੈ ਉਹ ਦੇਖ ਲੈ ਬਈ 70 ਸਾਲਾਂ ਦੇ ਵਿੱਚ ਨਾ ਭਤੀਜ ਹਰ ਚੀਜ਼ ਮਹਿੰਗੀ ਹੋ ਗਈ ਹੈ ਪਰ ਮੇਰੇ ਸਾਲੇ ਦੀ ਇੱਕ ਚੀਜ਼ ਮਹਿੰਗੀ ਨਹੀਂ ਹੋਈ ਉਹ ਕਿਹੜੀ ਆ ਚਾਪਲੂਸੀ ਤੇ ਚਮਚਾਗਿਰੀ ਇਹ ਮੇਰੇ ਸਾਲੇ ਪਹਿਲਾਂ ਵੀ ਕਾਣੀ ਕੌਡੀ ਦੇ ਸੀ ਤੇ ਹੁਣ ਵੀ ਕਾਣੀ ਕੌਡੀ ਦੇ ਆ ਉਹ ਚਾਚਾ ਇਹ ਤਾਂ ਤੈਨ ਲੱਖ ਰੁਪਈਆਂ ਦੀ ਗੱਲ ਕਰੀ ਹੈ ਓਏ ਪੰਜਾਬ ਦੀ ਬਰਬਾਦੀ ਆ ਸਰਪੰਚਾਂ ਤੇ ਪੰਚਾਂ ਨੇ ਕਰੀ ਹੈ ਜਿਨ੍ਹਾਂ ਨੇ ਪਿੰਡ ਪਿੰਡ ਦੇ ਵਿੱਚ ਪਾਰਟੀ ਬਾਜੀ ਬਣਾ ਰੱਖੀ ਹੈ ਓਏ ਦੇਖ ਲੈ ਕਿਸਾਨ ਧਰਨੇ ਤੇ ਬੈਠੇ ਨੇ ਤੇ ਇਹ ਲੀਡਰਾਂ ਦੀਆਂ ਰੈਲੀਆਂ 'ਚ ਫਿਰਦੇ ਨੇ ਓ ਚਾਚਾ ਇਹਨਾਂ ਦੇ ਆਪਦੇ ਮੁੰਡੇ ਤਾਂ ਬਾਹਰ ਨੇ ਰੈਲੀਆਂ 'ਚ ਵੀ ਉਹੀ ਲੋਕ ਜਾਂਦੇ ਨੇ ਜਿਨ੍ਹਾਂ ਦੀਆਂ ਗੱਡੀਆਂ ਪਿੱਛੇ ਲਿਖਿਆ ਹੁੰਦਾ ਨੋ ਫਾਰਮਰ ਨੋ ਫੂਡ ਸਹੀ ਕਹਿੰਦੇ ਅੱਜ ਇਹਨਾਂ ਨੇ ਗਾਤਰੇ ਪਾਏ ਹੋਏ ਨੇ ਸਰੋਪੇ ਪਾ ਕੇ ਸਭ ਤੋਂ ਜ਼ਿਆਦਾ ਇਹੀ ਲੀਡਰਾਂ ਦੀਆਂ ਰੈਲੀਆਂ ਤੇ ਜਾਂਦੇ ਨੇ ਉਹ ਦੇਖ ਲੈ ਚਾਚਾ ਭੁੱਲ ਗਏ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਓਏ ਜ਼ਮੀਰਾਂ ਗਹਿਣੇ ਧਰੀਆਂ ਨੇ ਇਹਨਾਂ ਲੀਡਰਾਂ ਕੋਲ ਅੰਧ ਭਗਤ ਕਿਸੇ ਵੀ ਪਾਰਟੀ ਦਾ ਹੋਵੇ ਹੁੰਦਾ ਮੇਰਾ ਸਾਲਾ ਸਭ ਤੋਂ ਵੱਧ ਖਤਰਨਾਕ ਹੈ ਚਾਚਾ ਇਹਨਾਂ ਨੂੰ ਦੀਵਾਲੀ ਮੁਬਾਰਕ ਨਹੀਂ ਕਹੇਗਾ ਉਹ ਨਹੀਂ ਉਹ ਮੈਂ ਤਾਂ ਇਹਨਾਂ ਨੂੰ ਦੀਵਾਲਾ ਮੁਬਾਰਕ ਕਹੂੰਗਾ ਜਿਹੜੇ ਲੋਕ ਧਰਨੇ ਛੱਡ ਕੇ ਆ ਲੀਡਰਾਂ ਦੀਆਂ ਰੈਲੀਆਂ ਪਿੱਛੇ ਜਾਂਦੇ ਨੇ ਉਹਨਾਂ ਨੂੰ ਦੀਵਾਲਾ ਮੁਬਾਰਕ ਜਿਹੜੇ ਇੰਨੀ ਮਹਿੰਗਾਈ ਦੇ ਵਿੱਚ ਚੁੱਪ ਨੇ ਉਹਨਾਂ ਨੂੰ ਦੀਵਾਲਾ ਮੁਬਾਰਕ ਮਰੀਆਂ ਜ਼ਮੀਰਾਂ ਵਾਲਿਆਂ ਨੂੰ ਦੀਵਾਲਾ ਮੁਬਾਰਕ ਉਹ ਜਿਹੜੇ ਧਰਨੇ ਤੇ ਬੈਠਿਆਂ ਨੂੰ ਮੰਦਾ ਬੋਲਦੇ ਨੇ ਉਹਨਾਂ ਨੂੰ ਵੀ ਦੀਵਾਲਾ ਮੁਬਾਰਕ ਦੇਸ਼ ਦਾ ਬਕਾਊ ਮੀਡੀਆ ਜਿਹੜਾ ਨਫ਼ਰਤਾਂ ਫੈਲਾ ਰਿਹਾ ਜ਼ਹਿਰਾ ਘੋਲ ਰਿਹਾ ਆਪਸੀ ਭਾਈਚਾਰੇ 'ਚ ਫੁੱਟ ਪਾ ਰਿਹਾ ਉਹਨਾਂ ਦੱਲਿਆਂ ਨੂੰ ਵੀ ਦੀਵਾਲਾ ਮੁਬਾਰਕ ਜਿਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਬੇਰੁਜ਼ਗਾਰਾਂ ਨੂੰ ਦੀਵਾਲਾ ਮੁਬਾਰਕ ਜਿਨ੍ਹਾਂ ਵਿਚਾਰੇ ਅੰਧ ਭਗਤਾਂ ਨੇ ਸਰੋਂ ਦੇ ਤੇਲ ਦੇ ਦੀਵੇ ਨਹੀਂ ਮੋਮਬੱਤੀਆਂ ਜਗਾਈਆਂ ਨੇ ਉਹਨਾਂ ਨੂੰ ਵੀ ਦੀਵਾਲਾ ਮੁਬਾਰਕ ਬਿਮਾਰ ਮਾਨਸਿਕਤਾ ਵਾਲੇ ਲੋਕ ਜੋ ਬਿਮਾਰ ਨੇ ਚੁੱਪ ਨੇ ਡਰੇ ਹੋਏ ਨੇ ਸਹਿਮੇ ਹੋਏ ਨੇ ਗੁਲਾਮ ਨੇ ਉਹਨਾਂ ਸਭ ਨੂੰ ਦੀਵਾਲਾ ਮੁਬਾਰਕ।